ਤਾਂ ਪਸ਼ਾਵਰ ਜੀ ਟੀ ਰੋਡ ਜਿਹਨੂੰ ਨੈਸ਼ਨਲ ਹਾਈਵੇ ਕਿਹਾ ਜਾਂਦਾ ਹੈ ਆਏ ਰੋਜ਼ ਜਗ੍ਹਾ ਜਗ੍ਹਾ ਤੋਂ ਟੁੱਟ ਫੁੱਟ ਦਾ ਸ਼ਿਕਾਰ ਰਹਿੰਦੀ ਹੈ ਇਹਨੂੰ ਰਿਪੇਅਰ ਵੀ ਕੀਤਾ ਜਾਂਦਾ ਹੈ ਲੇਕਿਨ ਇਹਦੇ ਬਾਵਜੂਦ ਸ਼ਾਇਦ ਕਿ ਨਾਕਸ ਮਟੀਰੀਅਲ ਜਾਂ ਫਿਰ ਹਜ਼ਾਰਾਂ ਟਨ ਵਜ਼ਨੀ ਹੈਵੀ ਵਹੀਕਲਸ ਦੀ ਓਵਰ ਲੋਡਿੰਗ ਦੀ ਵਜ੍ਹਾ ਚੰਦੀ ਰੋਜ਼ ਬਾਅਦ ਸੜਕਾਂ ਤੇ ਪੁਲਸ ਗੜਿਆਂ ਦੀ ਸੂਰਤ ਅਖਤਿਆਰ ਕਰ ਜਾਂਦੇ ਨੇ ਨੈਚੇ ਨੈਸ਼ਨਲ ਹਾਈਵੇਜ਼ ਅਥਾਰਟੀ ਜਿਹੜੀ ਸਾਲਾਨਾ ਅਰਬਾਂ ਰੁਪਏ ਰੈਨਿਊ ਹਾਸਲ ਕਰਦੀ ਹੈ ਇੱਕ ਮੁਖਤਾਤ ਅੰਦਾਜ਼ੇ ਦੇ ਮੁਤਾਬਕ ਲਾਹੌਰ ਤੇ ਪਸ਼ਾਵਰ ਟੂਲ ਦੀ ਮਦ ਵਿੱਚ ਯੋਮੀਆ 85 ਲੱਖ ਰੁਪਏ ਵਸੂਲ ਕੀਤੇ ਜਾਂਦੇ ਨੇ ਜਿਹੜਾ ਕਿ ਸਾਲਾਨਾ 3 ਅਰਬ 10 ਕਰੋੜ 5 ਲੱਖ ਰੁਪਏ ਬੰਦੇ ਨੇ ਜਦਕਿ ਫਾਈਨ ਕਲੈਕਸ਼ਨ ਦੇ ਜ਼ਰੀਏ 2 ਅਰਬ 51 ਕਰੋੜ 62 ਲੱਖ ਰੁਪਏ ਦੀ ਖਤੀਰ ਐਵਰੇਜ ਰਕਮ ਨੈਸ਼ਨਲ ਹਾਈਵੇਜ਼ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੀ ਹੈ ਲੇਕਿਨ ਇਹਦੇ ਬਾਵਜੂਦ ਨੈਸ਼ਨਲ ਹਾਈਵੇਜ਼ ਰੋਡ ਯੂਜ਼ਰਸ ਨੂੰ ਮਹਿਫੂਜ਼ ਮਜ਼ਬੂਤ ਤੇ ਹੁੰਦਾ ਸੜਕਾਂ ਤੇ ਪੁਲਸ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਨਜ਼ਰ ਆਉਂਦੀ ਹੈ ਆਪਣਾ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆਂ ਮਕਾਮੀ ਡੀਐਸਪੀ ਮੋਟਰਵੇ ਸਨਾਉਲਾ ਨੇ ਸੜਕਾਂ ਤੇ ਪੁਲਸ ਦੇ ਨਾਕਸ ਹੋਣ ਦੀ ਇੱਕ ਵੱਡੀ ਵਜ੍ਹਾ ਨਾਕਸ ਮਟੀਰੀਅਲ ਦੱਸਿਆ ਹੈ ਅੱਛਾ ਸਰ ਤੁਸੀਂ ਇਹ ਦੱਸੋ ਕਿ ਸਰਾਏ ਆਲਮਗੀਰ ਦੀਆਂ ਖਾਸ ਕਰ ਬਹੁਤ ਜੀਆਂ ਰੋਡਾਂ ਜਿਹੜੀਆਂ ਨੇ ਆਏ ਰੋਜ਼ ਖਰਾਬ ਹੋ ਜਾਂਦੀਆਂ ਨੇ ਇਹਦੀ ਕੀ ਵਜ੍ਹਾ ਇਹਦੀ ਵਜ੍ਹਾ ਸਿਰਫ ਔਰ ਸਿਰਫ ਓਵਰਲੋਡਿੰਗ ਹੈ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਉਹ ਲੋਡ ਨੂੰ ਘਟਾਇਆ ਜਾਵੇ 40 ਤੋਂ 45 ਟਨ ਤੱਕ ਵਜ਼ਨ ਲੋਡ ਲੈ ਜਾਂਦੇ ਨੇ ਜਿਹੜਾ ਕਿ ਸਰ ਕੀ ਵਜ੍ਹਾ ਹੈ ਤੁਹਾਡੀਆਂ ਕਾਵਸ਼ਾਂ ਵੀ ਮਾਸ਼ਾਅੱਲਾ ਬੜੀਆਂ ਹੀ ਅੱਛੀਆਂ ਨੇ ਦੇ ਬਾਵਜੂਦ ਓਵਰਲੋਡਿੰਗ ਤੇ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ ਇਨਸ਼ਾਅੱਲਾ ਲਜੀਜ਼ ਅਸੀਂ ਆਪਣੇ ਵਸਾਇਲ ਨੂੰ ਬਰੂਏ ਕਰ ਲਿਆਂਦੇ ਹਾਂ ਜਿੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰ ਰਿਹਾ ਪਰ ਕਿ ਸਾਡੇ ਵਾਸਤੇ ਸਾਡੇ ਵੱਡੇ ਅਫਸਰਾਂ ਜਿਹੜੇ ਵੱਡੇ ਅਫਸਰ ਨੇ ਤੇ ਸਾਡੀ ਪਾਰਲੀਮੈਂਟ ਸਾਨੂੰ ਜਾ ਬਜਾ ਓਵਰਲੋਡਿੰਗ ਦੀ ਕਮੀ ਵਾਸਤੇ ਕਾਂਡੇ ਲਗਾ ਕੇ ਦੇਣ ਔਰ ਉੱਥੇ ਸਟੋਰੇਜ ਬਣਾ ਕੇ ਦੇਣ ਤਾਂ ਕਿ ਮੌਕੇ ਤੇ ਹੀ ਬੰਦੇ ਨੂੰ ਜੁਰਮਾਨਾ ਵੀ ਕੀਤਾ ਜਾਵੇ ਉਹਦਾ ਸਮਾਨ ਵੀ ਸੇਫ ਕੀਤਾ ਜਾਵੇ ਤਾਂ ਕਿ ਉਹਦੀ ਵੀ ਸੇਫਟੀ ਉਹਦੀ ਗੱਡੀ ਦੀ ਵੀ ਸੇਫਟੀ ਹੋਵੇ ਰੋਜ਼ ਦੀ ਇਨਕਮ ਹੋ ਰਹੀ ਹੈ ਆਇਆ ਉਸ ਇਨਕਮ ਦੇ ਨਾਲ ਵੀ ਇਹ ਰੋਡਾਂ ਨਹੀਂ ਠੀਕ ਹੋ ਸਕਦੀਆਂ ਇਹ ਐਨਐਚਏ ਦਾ ਹੀ ਕੰਮ ਹੈ ਕਿ ਉਹ ਸਿਰਫ ਉਹਨੇ ਕਰਨਾ ਹੁੰਦਾ ਸਿਰਫ ਔਰ ਸਿਰਫ ਐਨਐਚਏ ਦਾ ਕੰਮ ਹੈ ਅੱਛਾ ਸਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜੀਆਂ ਰੋਡਾਂ ਇਹ ਆਇਆ ਰੋਡਾਂ ਅੱਛੀਆਂ ਹਨ ਜਾਂ ਨਹੀਂ ਨਹੀਂ ਜੀ ਰੋਡਾਂ ਨਾਕਸ ਨੇ ਸੱਚੀ ਬਾਤ ਹੈ ਕਿ ਰੋਡਾਂ ਨਾਕਸ ਨੇ ਰੋਡਾਂ ਦਾ ਇਸ ਤੋਂ ਵਸੀਹ ਤਰ ਵਸੀਹ ਹੋਣਾ ਚਾਹੀਦਾ ਹੈ ਰੋਡਾਂ 1964 ਵਾਲੀਆਂ ਨੇ ਔਰ ਟ੍ਰੈਫਿਕ 60 ਸਾਲ ਜਦੀਦ ਹੋ ਗਈ ਹੈ ਕਰੋੜਾਂ ਰੁਪਏ ਲਾਗਤ ਦੇ ਨਾਲ ਬਣਾਏ ਜਾਣ ਵਾਲੇ ਸੜਕਾਂ ਤੇ ਪੁਲ ਆਹਰ ਚੰਦੀ ਮਾਂ ਬਾਦ ਹਸਤਾ ਹਾਲੀ ਦਾ ਸ਼ਿਕਾਰ ਕਿਉਂ ਹੋ ਜਾਂਦੇ ਨੇ ਅਗਰ ਇਸ ਚੀਜ਼ ਦਾ ਸਖਤੀ ਦੇ ਨਾਲ ਨੋਟਿਸ ਲਿਤਾ ਜਾਏ ਤਾਂ ਮੈਂ ਸਮਝਾਂਗਾ ਕਿ ਵਤਨ ਅਜ਼ੀਜ਼ ਨੂੰ ਇੱਕ ਵੱਡੀ ਕਰਪਸ਼ਨ ਤੋਂ ਰੋਕਿਆ ਜਾ ਸਕਦਾ ਹੈ ਕੈਮਰਾਮੈਨ ਅਮਿਤ ਸ਼ਾਹ ਦੇ ਨਾਲ ਸਸੀਨਾ ਆਪਣਾ ਨਿਊਜ਼ ਸਰਾਏ ਰੰਗੀ